ਤੁਸੀਂ ਜੁੜੇ ਆਪਣਾ ਸਾਂਝਾ ਪੰਜਾਬ ਟੀਵੀ ਦੇ ਨਾਲ। ਮੈਂ ਮਨਪ੍ਰੀਤ ਸਿੰਘ ਆਜ਼ਾਦ। ਇੱਕ ਫਿਲਮ ਵਿਸ਼ਵਾਸ, ਦ੍ਰਿੜ ਵਿਸ਼ਵਾਸ ਜਿਹੜਾ ਬਾਬੇ ਨਾਨਕ ਉੱਤੇ ਦਰਸਾਉਂਦੀ, ਮੇਰਾ ਬਾਬਾ ਨਾਨਕ, ਇਹ ਜਿਹੜੀ ਫਿਲਮ, ਜਿਹੜੇ ਕਿ ਲੋਕ ਵਧੇਰੇ ਇਸ ਫਿਲਮ ਨੂੰ ਦੇਖ ਰਹੇ, ਕੀ ਇਸ ਫਿਲਮ ਦੇ ਵਿੱਚ ਜਿਹੜੇ ਲੋਕ ਇੱਥੇ ਫਿਲਮ ਦੇਖਣ ਵਾਸਤੇ ਆਏ ਹਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਨ, ਕੀ ਇਸ ਫਿਲਮ ਦੇ ਵਿੱਚ ਖਾਸ ਕੀ ਜਿਹੜਾ ਕਿ ਵੇਖਣ ਦੀ ਇਸ ਫਿਲਮ ਨੂੰ ਲੋੜ ਪੈ ਗਈ। ਸਾਡੇ ਨਾਲ ਜੁੜੇ ਹਨ ਭਾਈ ਬਲਜੀਤ ਸਿੰਘ ਜੀ ਖਾਲਸਾ, ਵੰਗਾਰ ਸੰਬੰਧ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਬਾਬਾ ਨਾਨਕ ਫਿਲਮ ਅੱਜ ਤੁਸੀਂ ਵੇਖਣਾ, ਕੀ ਖਾਸ ਇਹਦੇ ਵਿੱਚ ਨਜ਼ਰ ਆਇਆ? हाँ वेखो, ये असल में जिहड़ा शुरू तो ही सिख का एक विश्वास गुरु के उत्ते, क्योंकि सिखा ने हुण तक अपना जिहड़ा इतिहास भी सिरजिया है उहदे बेस दे विच जिहड़ा गुरु के उत्ते विश्वास आ, क्योंकि जदों सिखा दे सिरां दे मुल पैंदे सी ते आम लोकी कहिंदे सी वी इहनां नूं सिर लुकाउण नूं जगह नहीं मिलदी ते गल्लां राज करन दीआं करदे आ, पर उस वेले इक्को ही जिहड़ा दृढ़ विश्वास सीगा सिखां नूं अपने गुरु ते वी साडे गुरु ने जिहड़ा वचन कीता राज करेगा खालसा ते असीं राज करना, ते उस दृढ़ विश्वास दे कारण ही जिहड़ा सिखां ने हुण तक संघर्ष लड़िया ते अज दे जमाने दे विच जिहड़ा कि उह विश्वास किसे तरीके जिहड़ा कमज़ोर पैंदा जापदा, ते इह फिल्म जिहड़ी आ उह विश्वास जिहड़ा सिख दा गुरु दे उत्ते ਉਹਨੂੰ ਦ੍ਰਿੜ ਕਰਵਾਉਂਦੀ। ਇੱਕ ਬਹੁਤ ਵਧੀਆ ਉਪਰਾਲਾ ਮਨਮੀਤ, ਇੱਕ ਰੋਲ ਜਿਹੜਾ ਨਜ਼ਰ ਆਇਆ ਕਿ ਨਸ਼ੇ ਦੇ ਵਿੱਚ ਗੁਲਤਾਨ ਹੋ ਕੇ ਇੱਕ ਵਿਅਕਤੀ ਆਪਣਾ ਸਾਰੀ ਜ਼ਮੀਨ ਜਾਇਦਾਦ ਖਾ ਲੈਂਦਾ ਔਰ ਦੂਸਰਿਆਂ ਦੇ ਜ਼ਮੀਨਾਂ ਨੂੰ ਹੜੱਪਣ ਵਾਸਤੇ ਔਰ ਆਪਣੀ ਇੱਜ਼ਤ ਵੀ ਉਹ ਨਸ਼ੇੜੀਆਂ ਨੂੰ ਵੇਚ ਦਿੰਦਾ, ਉਹਨੂੰ ਕਿਵੇਂ ਦੇਖਦੇ? ਇਹ ਪੰਜਾਬ ਦੇ ਵਿੱਚ ਜੋ ਵਾਪਰ ਰਿਹਾ ਅੱਜ, ਇਹ ਉਹਦੀ ਅਸਲ ਇੱਕ ਤਸਵੀਰ ਵਿਖਾਈ ਗਈ ਹੈ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਸਾਜਿਸ਼ ਆ ਬੜੀ ਵੱਡੀ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਗਰਕ ਕਰ ਦਿੱਤਾ ਜਾਵੇ, ਅਤੇ ਉਸ ਵੇਲੇ ਜੇ ਆਪਣੀ ਜਵਾਨੀ ਨੂੰ, ਆਪਣੀ ਕੌਮ ਨੂੰ, ਆਪਣੀ ਹੋਂਦ ਨੂੰ ਬਚਾਉਣ ਲਈ ਉਹ ਇੱਕੋ ਹੀ ਜਿਹੜਾ ਸਹਾਰਾ ਜਿਹੜਾ ਆਪਣੇ ਗੁਰੂ 'ਤੇ ਵਿਸ਼ਵਾਸ, ਸਿੱਖ ਸਿਧਾਂਤ, ਅਤੇ ਇਹ ਫਿਲਮ ਜਿਹੜੀ ਆ ਇਹ ਉਸਨੂੰ ਇੱਕ ਦ੍ਰਿੜ ਕਰਵਾਉਂਦੀ ਆ। ਅਤੇ ਅਸੀਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਦਾ ਇਸ ਫਿਲਮ ਦੇ ਵਿੱਚ ਰੋਲ, ਮੈਂ ਗੱਲ ਕਰਾਂ ਬੀਬੀ ਸੰਦੀਪ ਕੌਰ ਜੀ, ਜਿਹੜਾ ਦਾ ਇੱਕ ਬੱਚੀ ਨੂੰ ਦ੍ਰਿੜ ਕਰਾਉਣਾ, ਇੱਕ ਰੱਬ ਦੇ ਨਾਲ ਇੱਕ ਬੱਚੀ ਨੂੰ ਜੋੜਨਾ, ਇਹਨਾਂ ਦਾ ਫਿਲਮ ਦੇ ਵਿੱਚ ਰੋਲ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਕਿਰਦਾਰ, ਜਿਹੜਾ ਰੋਲ ਤੁਹਾਨੂੰ ਫਿਲਮ ਦੇ ਵਿੱਚ ਮਿਲਿਆ, ਇਹ ਤੁਸੀਂ ਮੰਗ ਕੇ ਲਿਆ ਜਾਂ ਆਪੇ ਮਿਲਿਆ? ਨਹੀਂ, ਇਹ ਵੀਰ ਮੇਰੇ ਛੋਟਾ ਵੀਰ ਅਮਨਮੀਤ ਸਿੰਘ ਹੋਣਾ ਨੇ, ਸਰਦਾਰ ਬਲਜੀਤ ਸਿੰਘ ਖਾਲਸਾ ਜੀ ਹੋਣਾ ਨਾਲ ਗੱਲ ਕੀਤੀ ਕਿ ਮੈਂ ਇਹ ਜਿਹੜਾ ਰੋਲ ਹੈਗਾ ਵਾ ਬੀਬੀ ਸੰਦੀਪ ਕੌਰ ਕੋਲੋਂ ਕਰਵਾਉਣਾ ਚਾਹੁੰਦਾ ਹੈ, ਕਿਉਂਕਿ ਇਹ ਰੋਲ ਉਹਨਾਂ ਦੀ ਅਸਲੀ ਜ਼ਿੰਦਗੀ ਦੇ ਨਾਲ ਵੀ ਮੈਚ ਖਾਂਦਾ ਹੈ, ਤਾਂ ਇਸ ਕਰਕੇ ਉਹਨਾਂ ਕੋਲੋਂ ਇਹ ਰੋਲ ਮੈਂ ਕਰਵਾਉਣਾ ਚਾਹੁੰਦਾ ਹੈ। ਅਤੇ ਮੈਨੂੰ ਬਹੁਤ ਵਧੀਆ ਲੱਗਿਆ ਹੈਗਾ ਅੱਜ ਫਿਲਮ ਦੇਖ ਕੇ, ਤਾਂ ਕਿਉਂਕਿ ਮੈਨੂੰ ਜਦੋਂ ਮੈਂ ਆਪਣੇ ਰੋਲ ਬਾਰੇ ਇਹ ਜਾਣਦੀ ਸੀ ਕਿ ਮੇਰਾ ਫਿਲਮ ਵਿੱਚ ਰੋਲ ਕੀ ਆ, ਪੂਰੀ ਮੈਂ ਫਿਲਮ ਦੀ ਕਹਾਣੀ ਨਹੀਂ ਸੀ ਜਾਣਦੀ, ਔਰ ਅੱਜ ਜਦੋਂ ਮੈਂ ਇਹ ਫਿਲਮ ਦੇਖੀ ਹੈਗੀ ਹੈ ਤਾਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਵੀ ਹੋਈ ਆ, ਬਹੁਤ ਸਕੂਨ ਵੀ ਮਿਲਿਆ ਹੈਗਾ, ਕਿਉਂਕਿ ਇੱਕ ਫਿਲਮ ਜਿਹੜੀ ਆ ਕੰਪਲੀਟ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਦਿਖਾਉਣੀ ਚਾਹੀਦੀ ਹੈਗੀ ਆ, ਔਰ ਬਹੁਤ ਕੁਛ ਇਹ ਫਿਲਮ ਜਿਹੜੀ ਆ ਵਧੀਆ ਤਰੀਕੇ ਨਾਲ ਮੈਸੇਜ ਦਿੰਦੀ ਆ, ਗੁਰੂ 'ਤੇ ਦ੍ਰਿੜ ਵਿਸ਼ਵਾਸ ਦਾ ਵੀ ਮੈਸੇਜ ਦਿੰਦੀ ਆ, ਨਸ਼ਿਆਂ ਦੇ ਨਾਲ ਜਿਹੜੀ ਜੋ ਵੀ ਘਰ ਤਬਾਹ ਹੋ ਰਹੇ ਨੇ ਉਹਦੇ ਵੀ ਇੱਕ ਮੈਸੇਜ ਦਿੰਦੀ ਹੈਗੀ ਆ, ਔਰ ਰਿਸ਼ਤਿਆਂ ਦੇ ਵਿੱਚ ਜਿਹੜਾ ਵਿਸ਼ਵਾਸ ਹੈਗਾ ਵਾ, ਰਿਸ਼ਤਿਆਂ ਨੂੰ ਕਿਵੇਂ ਨਿਭਾਉਣਾ ਚਾਹੀਦਾ ਹੈਗਾ ਵਾ, ਉਹਦੇ ਬਾਰੇ ਵੀ ਇਹ ਇੱਕ ਮੈਸੇਜ ਦਿੰਦੀ ਆ, ਬਹੁਤ ਤਰ੍ਹਾਂ ਦੀ ਇਹ ਮੈਸੇਜ ਦਿੰਦੀ ਆ, ਔਰ ਇਹਦੇ ਵਿੱਚ ਹਾਸਾ ਮਜ਼ਾਕ ਵੀ ਆ, ਇੰਟਰਟੇਨਮੈਂਟ ਵੀ ਆ, ਔਰ ਲਗਾਤਾਰ ਜਦੋਂ ਅਸੀਂ ਇਸ ਫਿਲਮ ਨੂੰ ਦੇਖਦੇ ਹਾਂ ਤਾਂ ਲਗਾਤਾਰ ਇੱਕ ਸੈਕਿੰਡ ਲਈ ਵੀ ਨਹੀਂ ਇਹ ਜਿਹੜੀ ਫਿਲਮ ਹੈ ਦਰਸ਼ਕਾਂ ਨੂੰ ਬੋਰ ਹੋਣ ਦਿੰਦੀ, ਔਰ ਮੈਂ ਚਾਹੁੰਦੀ ਹਾਂ ਕਿ ਜ਼ਰੂਰ ਇਸ ਫਿਲਮ ਨੂੰ ਫੈਮਲੀਆਂ ਆਪਣੀਆਂ ਦੇ ਨਾਲ, ਵੀਰ ਅਮਨਮੀਤ ਉਹਨਾਂ ਦਾ ਹੌਸਲਾ ਅਫਜਾਈ ਕਰਨ ਦੇ ਲਈ, ਸਾਰੀ ਟੀਮ ਦੀ ਹੌਸਲਾ ਅਫਜਾਈ ਕਰਨ ਦੇ ਲਈ, ਜਿਨ੍ਹਾਂ ਨੇ ਇੱਕ ਧਾਰਮਿਕ ਫਿਲਮ ਜਿਹੜੀ ਆ ਉਹ ਸਾਡੀ ਅੱਜ ਦੀ ਜਨਰੇਸ਼ਨ ਦੀ ਝੋਲੀ ਪਾਈ ਆ, ਅਤੇ ਪਰਿਵਾਰਾਂ ਸਮੇਤ ਇਹ ਫਿਲਮ ਜਿਹੜੀ ਹੈਗੀ ਆ ਜ਼ਰੂਰ ਦੇਖਣੀ ਚਾਹੀਦੀ ਹੈਗੀ ਆ, ਅਤੇ ਉਹ ਵੀਰ ਦੀ ਹੌਸਲਾ ਅਫਜਾਈ ਵੀ ਜ਼ਰੂਰ ਕਰਨੀ ਚਾਹੀਦੀ ਆ। ਜਦੋਂ ਬੱਚੀ ਨੂੰ ਤੁਸੀਂ ਪ੍ਰਸ਼ਾਦ ਦਾ ਲਾਲਚ ਦੇ ਕੇ ਗੁਰੂ ਦੇ ਨਾਲ ਜੋੜਦੇ ਹੋ, ਬੱਚੀ ਦੀ ਜਗ੍ਹਾ ਕਿਤੇ ਨੂੰ ਕਿਤੇ ਆਪਣੇ ਆਪ ਨੂੰ ਮਹਿਸੂਸ ਕਰਦੇ ਸੀ ਜੋ ਤੁਹਾਡੀ ਛੋਟੀ ਉਮਰ ਸੀ, ਤੁਹਾਡੀ ਕਿਤਾਬ ਦੇ ਵਿੱਚ ਪੜ੍ਹਨ ਨੂੰ ਮਿਲਿਆ?
हाँ बिल्कुल जी, असी भी जदों छोटे होंदे गुरद्वारा साहब जाते सी ते ज़्यादातर बच्चे जिहड़े आ कड़ा प्रसाद के लालच नूं ही गुरद्वारा साहब जाते आ ते इस तरीके नाल हौली हौली वह गुरु के नाल जिहड़े हैगे उह जुड़दे जाते हैगे आ। ये विच जिहड़ा इह तरीका दस्सिया गया है ये तरीका बहुत वधिया है, कारगर हैगा वा, और सानूं भी अपने बच्चों इसे तरीके नाल हौली हौली जिहड़ा गुरु के नाल जोड़ना चाहिए हैगा। बच्चों नूं गुरु के नाल जोड़ना चाहिए, भैन जी होरां ने सानूं दस्सिया। तो इत्थे साढ़े निहंग सिंह वीर फौजां भी इस फिल्म नूं वेखण वास्ते आईआं, गल्लबात करदे आं। भाई साहब जी, वाहिगुरू जी का खालसा। वाहिगुरू जी का खालसा, वाहिगुरू जी की फतह। फिल्म किवें दी लगी, एक किरदार किवें दा लगा वीर दा, कि वह दाड़ा उन्हां दा प्रकाश आ बड़े सोहणे लग रहे, वह किवें लगा? सब तो पहला गल ये जी, अजकल मूवियां चल दियां वा, पहली गल तो कोई साबत सूरत सिख ही नहीं विखदा उन्हां विच। सब तो वधिया गल है कि साबत सूरत सिख आ, भी सानूं चाहिए साडे बच्चों भी कोई जिहड़े गुरु प्रति कोई भी चीज़ होवे सानूं वह चीज़ विखाउणी चाहिए आ। अपने बच्चों आप फोनों के भी कई कुछ उल्ट पुल्ट खाने भी इहो जिहियां चीज़ां उत्साह करनी चाहिए अपने बच्चों वास्ते भी। तुसीं सब तो पहली गल है भी गुरसिख सीगे, साबत सूरत सीगे। दूजा किरदार से भी उहदे विच महाराज प्रति विखाया गया भी जिन्हां लोकां नूं विश्वास नहीं आ भी विश्वास बनाने वास्ते। तीजी चीज़ वे नशियां बारे दस्या गया वा भी नशियां में आ गए अपना धन दौलत सब कुछ लुटा देंगे लोग, तो लोगों ने जमीन हड़पना चाहते हैं। चीज़ां काफ़ी वेखन सीख, गरीबी गरीबी का रोल दिखाया गया, गरीबी परमात्मा से भरोसा करके कटी जा सकती है। बिल्कुल कटी जा सकती है, गुरबाणी हर चीज़ लिखी है गरीबी प्रति। महाराज ने तो कहा भी गुरबाणी ही सारी जीवन का एक आधार आ, कि बंदा जे सहज के अंदर बंदे सहज हो बंदा सारा जीवन गुरबाणी रिलेटेड कर सकता है। धन्यवाद जी थोड़ा। इन्होंने दसाया कि गुरबाणी ही आधार आ, साडे नाल बीबी जी जुड़े उन्होंने भी गलबात करते हैं कि यह फिल्म तुहानू किवें दी लगी? वाहिगुरू जी का खालसा, वाहिगुरू जी की फतेह। ये फिल्म बहुत वधिया बनी हुई है, बहुत वधिया तरीके नाल सानू वो चीज़ा दिखाईया गई जिहड़ियां असीं आम फिल्मों में नहीं देख सकते। इस करके ये फिल्म सानू आप नू भी देखनी चाहिए है, तो साडे बच्चों नू भी दिखाउणी चाहिए। फिल्म देख के कोई भरोसा परमात्मा उत्ते वधिया? हाँ जी हाँ जी, बहुत। बाबे नानक ते भरोसा वधिया? हाँ जी, पहला भी सी ते हुण भी वधिया। हाँ जी, इन्हां दस्सिया कि बाबे नानक उत्ते जिहड़ा कि भरोसा वध्या। फिल्म दे विच इन्ने एक जज्बात मैं देखने मिलिया कि जदों फिल्म देख रहे सी लोग, बहुते लोग इस फिल्म नूं देखते देखते रोण लग पे, क्योंकि ये फिल्म ही साडे परिवारां उत्ते साडे किरदार उत्ते एक वड्डी गल कि इस फिल्म दे विच साबत सूरत। छोटियां छोटियां बच्चियां भी आईयां, बच्चियां ने फिल्म देखी। पुत्ते फिल्म देखी तुसीं? हां जी। किवें दी लगी फिल्म? वधिया। की चंगा लगा फिल्म दे विच? सारा वधिया। सारा वधिया। तुसी देखी? हां जी। किवें लगी फिल्म? बहुत सोहनी। अच्छा, तुसी फिल्म देखी जी? हां जी, जिद्दां असीं मम्मा दा रोल वेख्या फिल्म दे विच, ते उस ये वेख के ज़्यादा माण महसूस हुंदा भी साडी रियल लाइफ दे विच भी उहनां दा उदां दा ही रोल आ जिवें दा मूवी दे विच सीगा। भरोसा वधिया परमात्मा उत्ते? हां जी, बहुत ज़्यादा। अगे भी उह सानूं पाठ करवाउंदे आ, होर भी गुरबाणी दीआं गल्लां दसदे आ, परमात्मा ते विश्वास दा पता लगदा आ। जिहड़ियां तुहाडे नाल भैणां जां फ्रेंड तुहाडे ट्रस्ट विच रहि रहियां, उहनां नूं मम्मी जी दा किरदार दसोगे किवें? हाँ जी, बहुत वधिया। ते कोई भी कई बार जो कोई भी प्रॉब्लम आती है है ना, जिदा पेरेंट्स का पूरा रोल अदा करते आंटी साढ़े लिए, तो बहुत हैल्प भी करते, गुरबाणी बारे भी दसते। मोस्टली होंगे ना कई फैमिलीज़ के जोड़े पेरेंट्स आ रब नाल जुड़न वाल मतलब ध्यान नहीं देंगे बच्चों का, तो पर इन्हों का यही सब तो व्डा रोल है साड़ी लाइफ के भी, दृढ़ विश्वास बच्चों का उत्थे बनया हुआ गुरबाणी के उत्ते, तो नितनेम भी करते बच्चे उत्थे, तो यही उन्हों का थैंक यू करना चाहते हैं भी परमात्मा। फिल्म बहुत वधिया सी सब तो पहला, क्योंकि साड़ी मम्मा दा विच रोल हैगा सीगा, ते उन्हां दा रोल वेख के सानूं होर खुशी खुशी किन्नी महसूस होई? बहुत ज़्यादा खुशी हुई। क्यों दसोगे फिर मम्मी दा किरदार? हाँ जी, बहुत दसांगे। लोगों नूं जिहड़े तुहानूं देख रहे आ, लोगों नूं की कहना चाहोगे फिल्म बारे? मैं लोगों नूं यही कहना चाहुंदी आ कि उन्हां नूं रब उपर विश्वास बना के रखना चाहिए आ, ते जो भी आ सानूं रब तो ही मिलता है। जरूरी नहीं कि पैसे नाल असीं हरेक चीज़ लै सकते हैं, जो सानूं रब कोलों मिल जाना वह सानूं पैसे नाल कितों भी नहीं मिलता। धन्यवाद। ये बच्ची ने दस्या, वेखो किड्डी वड्डी गल दसी कि फिल्म नूं वेख के कि जिहड़ा जो रब कोलों मिल जाना वह कितों भी नहीं मिलना, पैसे नाल आपां कुछ भी नहीं खरीद सकते। मैं तुहानूं दर्शकों नूं दसना चाहूँगा कि यह फिल्म जिहड़ी आ जरूर देखो, मेरा बाबा नानक, मेरा बाबा नानक किवें सहाई हुंदा जदों असीं परमात्मा उत्ते भरोसा करदे हां। तुसीं लगातार जुड़े हो अपना सांझा पंजाब टीवी दे नाल, मैं मनप्रीत सिंह आजाद। धन्यवाद। वाहिगुरू जी का खालसा, वाहिगुरू जी की फतेह।